ਪੰਜਾਬੀ ਸਿਨੇਮੇ ਲਈ 2021 ਦਾ ਬੜਾ ਚੰਗਾ ਨਹੀਂ ਰਿਹਾ ਇਸ ਬਾਰੇ ਦੌਰਾਨ ਕੋਈ ਇੱਕ ਵੀ ਹਮੇਸ਼ਾ ਯਾਦ ਰੱਖਣ ਵਾਲੀ ਫਿਲਮ ਨਹੀਂ ਆਈ ਹੈ ਦਿਲਜੀਤ ਦੋਸਾਂਝ ਦੀ ਫਿਲਮ ਹੌਸਲਾ ਰੱਖਨੇ ਬੇਸ਼ੱਕ ਚੰਗੀ ਕਮਾਈ ਕੀਤੀ ਪਰ ਇਹ ਫਿਲਮ ਵਿਚਾਰ ਤਰਕ ਪੱਖੋਂ ਕਮਜ਼ੋਰ ਅਤੇ ਪਛਾਣ ਖਿੱਚੂਆ ਅੰਬਰਦੀਪ ਦੀ ਤੀਜਾ ਪੰਜਾਬ ਬੇਸ਼ੱਕ ਇੱਕ ਚੰਗੀ ਕੋਸ਼ਿਸ਼ ਕਹੀ ਜਾ ਸਕਦੀ ਆ ਪਰ ਅੰਬਰ ਨੂੰ ਆਪ ਹੀਰੋ ਬਣਨ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ અમરਿੰਦਰ ਗਿੱਲ ਅਤੇ ਉਸਦੀ ਟੀਮ ਨੇ ਬਹੁਤ ਖੂਬਸੂਰਤ ਫਿਲਮਾਂ ਬਣਾਈਆਂ ਨੇ ਪਰ ਚੱਲ ਮੇਰਾ ਪੁੱਤ ਦਾ ਦੂਜਾ ਭਾਗ ਪਹਿਲੇ ਨਾਲੋਂ ਕਮਜ਼ੋਰ ਸੀ ਅਤੇ ਤੀਜਾ ਪਹਿਲੀਆਂ ਦੋਵਾਂ ਤੋਂ ਕਮਜ਼ੋਰ ਚੰਗੇ ਮੁੱਦੇ ਨੂੰ ਇਹਨਾਂ ਫਿਲਮਾਂ ਦੇ ਕਿਰਦਾਰ ਇੱਕ ਦੂਜੇ ਨੂੰ ਨੀਮਾ ਦਿਖਾਉਣ ਤੇ ਜ਼ੋਰ ਲਾ ਕੇ ਰੋਲ ਦਿੰਦੇ ਨੇ ਮੈਂ ਸੁਣਦਾ ਰਹਿਣਾ ਕਿ ਗਿੱਪੀ ਗਰੇਵਾਲ ਇੱਕ ਚੰਗਾ ਫਿਲਮ ਮੇਕਰ ਅਤੇ ਵਧੀਆ ਇਨਸਾਨ ਪਰ ਉਸਦੀਆਂ ਬਤੌਰ ਨਾਇਕ ਦੋ ਫਿਲਮਾਂ ਪਾਣੀ ਚ ਮਧਾਣੀ ਅਤੇ ਸ਼ਾਬਾਨੀ ਗਰਧਾਰੀ ਲਾਲ ਐਵੇਂ ਬਹੁਤ ਹੀ ਹਲਕੇ ਦਰਜੇ ਦੇ ਹਸੇ ਠੱਠੇ ਤੱਕ ਸੀਮਤ ਰਹਿ ਜਾਂਦੀਆਂ ਨੇ ਗਿੱਪੀ ਦੁਆਰਾ ਨਿਰਦੇਸ਼ਿਤ ਸ਼ਾਬਾਨੀ ਗਰਧਾਰੀ ਲਾਲ ਦੇਖਦੇ ਆ ਇੱਕ ਹੋਰ ਪੰਜਾਬੀ ਫਿਲਮ ਗੋਲਕ ਬਗਨੀ ਬੈਂਕ ਤੇ ਬਟੂਆ ਵਿਚਲਾ ਅਮਰਿੰਦਰ ਗਿੱਲ ਦੀ ਭੂਮਿਕਾ ਵਾਲਾ ਹਿੱਸਾ ਯਾਦ ਆਉਂਦਾ ਰਿਹਾ ਕਾਸ਼ ਸ਼ਾਬਾਨੀ ਗਰਧਾਰੀ ਲਾਲ ਵਿਚਲੇ ਮੁੱਖ ਕਿਰਦਾਰ ਨੂੰ ਅਮਰਿੰਦਰ ਗਿੱਲ ਦੁਆਰਾ ਨਿਭਾਏ ਕਿਰਦਾਰ ਵਾਂਗ ਸੋਚਿਆ ਅਤੇ ਨਿਭਾਇਆ ਗਿਆ ਹੁੰਦਾ ਗਿੱਪੀ ਤੋਂ ਇਸ ਤੋਂ ਕਿਤੇ ਵਧੇਰੇ ਚੰਗੇ ਸਿਨੇਮੇ ਦੀ ਆਸ ਹੈ ਗਿੱਪੀ ਦੀ ਕੰਪਨੀ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਬਣਾਈ ਫਿਲਮ ਵਾਰਨਿੰਗ ਲੋਕਾਂ ਨੂੰ ਚੰਗੀ ਲੱਗੀ ਆ ਪਰ ਉਸ ਦਾ ਵੱਡਾ ਕਾਰਨ ਪ੍ਰਿੰਸ ਕਮਲਜੀਤ ਅਤੇ ਧੀਰਜ ਕੁਮਾਰ ਦੀ ਅਦਾਕਾਰੀ ਹੈ ਫਿਲਮ ਮਿਰਜ਼ਾਪੁਰ ਵੈਬ ਸੀਰੀਜ਼ ਵਰਗੇ ਰੂਪਕਾਰਨ ਪੰਜਾਬੀ ਸਿਨੇਮਾ ਵਿੱਚ ਨਵੀਨਤਾ ਦਾ ਪ੍ਰਭਾਵ ਜ਼ਰੂਰ ਦਿੰਦੀ ਹੈ ਪਰ ਇਹ ਫਿਲਮ ਹਿੰਸਾ ਨਾਲ ਭਰੇ ਮਨੋਰੰਜਨ ਤੋਂ ਵਧੇਰੇ ਪੰਜਾਬੀ ਬੰਦੇ ਨੂੰ ਕੋਈ ਸੂਚ ਜਾਂ ਸੰਵੇਦਨਾ ਦਿੰਦੀ ਹੋਵੇ ਅਜਿਹਾ ਬਿਲਕੁਲ ਹੀ ਨਹੀਂ ਹੈ ਕੁਝ ਹੋਰ ਬੇहद ਲਾਇਕ ਫਿਲਮਕਾਰਾਂ ਨੇ ਵੀ ਇਸ ਬਾਰੇ ਨਿਰਾਸ਼ ਕੀਤਾ ਹੈ ਜਿਵੇਂ ਅਮਰਦੀਪ ਗਿੱਲ ਤੇ ਡਾਡਾ ਮਾਨ ਸੀ ਪਰ ਉਸਦੀ ਫਿਲਮ ਮਰ ਜਾਣੇ ਆਸਾਂ ਤੇ ਖਰੀ ਨਹੀਂ ਉਤਰੀ ਇਸੇ ਤਰ੍ਹਾਂ ਨਾਲ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਤੋਂ ਬਹੁਤ ਉਮੀਦਾਂ ਸਨ ਪਰ ਉਸਦੀ ਫਿਲਮ ਯੈਸ ਆਈ ਐਮ ਐ ਸਟੂਡੈਂਟ ਵੀ ਬਹੁਤ ਨਿਰਾਸ਼ ਕਰਦੀ ਹੈ ਬੇहद ਸਮਰੱਥ ਕਹਾਣੀਕਾਰ ਬ੍ਰਿਯਮ ਸੰਧੂ ਦੀ ਕਹਾਣੀ ਤੇ ਆਧਾਰਿਤ ਨਪਤੇਜ ਸੰਧੂ ਦੁਆਰਾ ਨਿਰਦੇਸ਼ਿਤ ਫਿਲਮ ਜਮਰੌਕ ਉਪਭਾਵਕਤਾ ਅਤੇ ਰੋਣੇ ਧੋਣੇ ਦੇ ਓਲਾਰ ਦ੍ਰਿਸ਼ਾਂ ਕਾਰਨ ਕਹਾਣੀ ਨਾਲ ਇਨਸਾਫ ਕਰਨ ਤੋਂ ਉੱਕ ਜਾਂਦੀ ਹੈ ਸਰਦਾਰ ਸੋਹੀ ਨੂੰ ਅਦਾਕਾਰੀ ਕਰਨ ਵੇਲੇ ਭਾਵਨਾਵਾਂ ਅਤੇ ਮੁਦਰਾਵਾਂ ਦੇ ਸ਼ੋਰ ਤੋਂ ਬਚਣਾ ਚਾਹੀਦਾ ਹੈ ਸਾਲ 2021 ਨੇ OTT ਪਲੇਟਫਾਰਮਾਂ ਦਾ ਦੌਰ ਲਿਆਂਦਾ ਹੈ ਸਿਨਮੇ ਕੋਵਿਡ ਕਾਰਨ ਬੰਦ ਰਹੇ ਤੇ ਲੋਕਡਾਊਨ ਵੀ ਲੱਗਿਆ ਰਿਹਾ ਸੀ ਲੋਕਾਂ ਦਾ ਰੁਖ ਹੁਣ ਡਿਜੀਟਲ ਪਲੇਟਫਾਰਮਾਂ ਵੱਲ ਵਧੇਰੇ ਹੋ ਗਿਆ ਹੈ ਇਹਨਾਂ ਪਲੇਟਫਾਰਮਾਂ ਕਾਰਨ ਲੋਕਾਂ ਦੀ ਪਹੁੰਚ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਅਤੇ ਉਸ ਤੋਂ ਵੀ ਅਗਾ ਦੁਨੀਆ ਭਰ ਦੇ ਸਿਨੇਮੇ ਤੱਕ ਹੋ ਗਈ ਹੈ ਇਸ ਵਿੱਚ ਵੈਬ ਸੀਰੀਜ਼ ਨੇ ਵੀ ਆਪਣਾ ਦਬਦਬਾ ਕਾਇਮ ਕੀਤਾ ਹੈ ਅਜਿਹੇ ਮੁਕਾਬਲੇ ਭਰੇ ਦੌਰ ਵਿੱਚ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਪੰਜਾਬੀ ਸਿਨੇਮੇ ਨੇ ਬੀਤੇ ਬਰੇ ਦੌਰਾਨ ਦਿਖਾਈ ਹੈ ਉਹ ਨਿਰਾਸ਼ਾਜਨਕ ਤਾਂ ਹੈ ਹੀ ਹੈ ਕੁਝ ਡਰ ਵੀ ਪੈਦਾ ਕਰ ਰਿਹਾ ਹੈ ਮਸਾ ਮਸਾ ਸ਼ੁਰੂ ਹੋਇਆ ਪੰਜਾਬੀ ਸਿਨੇਮਾ ਜਿਸ ਤੋਰੇ ਤੋਂ ਰਿਹਾ ਹੈ ਸਗਨ ਚੰਗੇ ਨਹੀਂ OTT ਪਲੇਟਫਾਰਮਾਂ ਦੇ ਬਹੁਤ ਹੀ ਮੁਕਾਬਲੇ ਵਾਲੇ ਦੌਰ ਵਿੱਚ ਪੰਜਾਬੀ ਫਿਲਮਕਾਰ ਬਹੁਤ ਹੀ ਹਲਕੇ ਕਿਸਮ ਦੇ ਹਾਸੇ ਠੱਠੇ ਅਤੇ ਕਮਜ਼ੋਰ ਕਹਾਣੀਆਂ ਤੱਕ ਸਿਮਟੇ ਪਏ ਹਨ ਇਸ ਤਰ੍ਹਾਂ ਕਿਵੇਂ ਚੱਲੂ ਸਥਿਤੀ ਬਹੁਤ ਖਤਰਨਾਕ ਆ ਫਿਲਮਕਾਰ ਹੁਣ ਚੇਤਨ ਹੋ ਜਾਣ ਅਸਲ ਵਿੱਚ OTT ਪਲੇਟਫਾਰਮਾਂ ਤੋਂ ਪਹਿਲਾਂ ਵਾਲੇ ਦੌਰ ਵਿੱਚ ਮਾਲਾਂ ਵਿੱਚ ਸਥਿਤ ਸਿਨੇਮਾ ਤਫਰੀ ਅਤੇ ਪਰਿਵਾਰਕ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਗਿਆ ਸੀ ਚੰਗੇ ਘਰਾਂ ਦੇ ਖਾਦੇ ਪੀਂਦੇ ਲੋਕ ਨਿਆਣਿਆਂ ਸਮੇਤ ਸਨਮਿਆਂ ਵਿੱਚ ਮਨੋਰੰਜਨ ਅਤੇ جشن ਲਈ ਜਾਂਦੇ ਸਨ ਪਰ ਹੁਣ ਜਦੋਂ ਲੋਕ ਘਰਾਂ ਵਿੱਚ ਬੈਠੇ ਸਿਨੇਮਾ ਦੇਖ ਰਹੇ ਨੇ ਤਾਂ ਇਸ ਨਾਲ ਚੀਜ਼ਾਂ ਨੇ ਲਾਜ਼ਮੀ ਤੌਰ ਤੇ ਬਦਲਣਾ ਹੈ ਕੱਲ ਅਚਾਨਕ ਹੀ ਚੋਪਾਲ ਨਾਂ ਦੇ ਪਲੇਟਫਾਰਮ ਤੇ ਰਾਸ਼ਟਰੀ ਇਨਾਮ ਜੇਤੂ ਫਿਲਮਕਾਰ ਰਜੀਵ ਕੁਮਾਰ ਦੀ ਫਿਲਮ ਚਮ ਨਜ਼ਰ ਆਈ ਇਹ ਫਿਲਮ ਭਗਵੰਤ ਰਸੂਲਪੁਰੀ ਦੀ ਕਹਾਣੀ ਤੇ ਆਧਾਰਿਤ ਹੈ ਕਈ ਚਿਰਾਂ ਤੋਂ ਇਸ ਫਿਲਮ ਦੇ ਚਰਚੇ ਸੁਣ ਰਿਹਾ ਸੀ ਲਿਹਾਜ਼ਾ ਮੈਂ ਫਿਲਮ ਦੇਖਣ ਬੈਠ ਗਿਆ ਪਿਛਲੇ ਬਰੇ ਦੇ ਪੰਜਾਬੀ ਸਿਨੇਮੇ ਤੋਂ ਮਨ ਅੱਕਿਆ ਤੇ ਨਿਰਾਸ਼ਜਾ ਹੋਇਆ ਪਿਆ ਸੀ ਮਨ ਵਿੱਚ ਤੌਖਲਾ ਸੀ ਕਿਤੇ ਇਹ ਫਿਲਮ ਵੀ ਨਿਰਾਸ਼ਨਾ ਕਰੇ ਤੇ ਇਸ ਨਾਲ ਪੰਜਾਬੀ ਸਿਨੇਮੇ ਨੂੰ ਅਣਗੌਲਾ ਕਰ ਦੇਣ ਦੀ ਮਾਨਸਿਕਤਾ ਵਿੱਚ ਇਜ਼ਾਫਾ ਹੋਵੇ ਫਿਲਮ ਦੇਖੀ ਤੇ ਬਹੁਤ ਹੀ ਤਸੱਲੀ ਦਾ ਅਹਿਸਾਸ ਹੋਇਆ ਇਹ ਫਿਲਮ ਕਈ ਕਾਰਨਾ ਕਰਕੇ ਖਾਸ ਹੈ ਸਾਡੇ ਸਮਿਆਂ ਦਾ ਬਹੁਤ ਹੀ ਸਮਰਥ ਨਾਵਲਕਾਰ ਜਸਵੀਰ ਮਾਨ ਕਹਿੰਦਾ ਹੈ ਕਿ ਕਿਸੇ ਕਥਾਕਾਰ ਕੋਲ ਸਭ ਤੋਂ ਖਾਸ ਚੀਜ਼ ਉਸਦੀ ਨਜ਼ਰ ਹੁੰਦੀ ਆ ਕਿ ਜਿਸ ਨਾਲ ਉਹ ਜੀਵਨ ਨੂੰ ਦੇਖਦਾ ਤੇ ਚਿਤਰਦਾ ਹੈ ਨਜ਼ਰ ਹੀ ਸਿਰਜਣਾ ਨੂੰ ਖਾਸ ਬਣਾਉਂਦੀ ਆ ਇਸ ਫਿਲਮ ਦੇ ਨਿਰਦੇਸ਼ਕ ਕੋਲ ਜੀਵਨ ਨੂੰ ਪੇਸ਼ ਕਰਨ ਦੀ ਬਹੁਤ ਮਾਨਿਕੀਜ਼ ਤੇ ਗਹਿਰੀ ਨਜ਼ਰ ਆ ਇਸ ਤਰ੍ਹਾਂ ਦੀ ਨਜ਼ਰ ਪੰਜਾਬੀ ਸਿਨੇਮੇ ਵਿੱਚ ਦੁਰਲੱਭ ਹੈ ਰਜੀਵ ਦੀ ਫਿਲਮ ਕਾਰੀ ਨੂੰ ਪੰਜਾਬੀ ਸਮਾਜ ਦੇ ਉਹ ਲੋਕ ਨਜ਼ਰ ਆਏ ਨੇ ਜਿਹੜੇ ਪੰਜਾਬੀ ਸਿਨੇਮੇ ਵਿੱਚੋਂ ਬਾਹਰ ਹੀ ਕਰ ਦਿੱਤੇ ਗਏ ਸਨ ਫਿਲਮਕਾਰ ਪਿੰਡ ਦੇ ਹਾਸ਼ੀਏ ਤੇ ਧੱਕੇ ਅਤੇ ਪਸ਼ੂਆਂ ਦੇ ਚਮੜਾ ਕਾਰੋਬਾਰ ਕਰਨ ਵਾਲੇ ਇੱਕ ਪਰਿਵਾਰ ਦੀ ਕਹਾਣੀ ਕਹਿੰਦਾ ਹੈ। ਪੂੰਜੀ ਅਤੇ ਮੰਡੀ ਦੀ ਚੱਕਾ ਚੌਂਧ ਵਾਲੇ ਇਸ ਦੌਰ ਵਿੱਚ ਇਸ ਕਿਸਮ ਦੇ ਪਰਿਵਾਰ ਦੀ ਸਿਨੇਮੇਰਾਹੀ ਕਹਾਣੀ ਕਹਿਣੀ ਆਪਣੇ ਆਪ ਵਿੱਚ ਇੱਕ ਖਾਸ ਗੱਲ ਹੈ। ਫਿਲਮ ਦਾ ਪਹਿਲਾ ਹੀ ਦ੍ਰਿਸ਼ ਕੁਝ ਉਚਾਈ ਤੋਂ ਪਿੰਡ ਦੇ ਘਰਾਂ ਦੀਆਂ ਛੱਤਾਂ ਦੇ ਜਮਕਟੇ ਰਾਹੀਂ ਪਿੰਡ ਨੂੰ ਉਭਾਰਦਾ ਹੈ। ਇਸ ਦ੍ਰਿਸ਼ ਵਿੱਚ ਇੱਕ ਵੀ ਘਰ ਦੂਰੀ ਮੰਜ਼ਲ ਵਾਲਾ ਨਜ਼ਰ ਨਹੀਂ ਆਉਂਦਾ ਇਹ ਦ੍ਰਿਸ਼ ਅਤੇ ਪਛੋਕੜ ਵਿੱਚੋਂ ਉੱਭਰਦੇ ਬੋਲ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਧੋ ਨਹੀਂ ਤਹਿਠਾਉ ਦਰਸ਼ਕ ਨੂੰ ਖਾਸ ਅਹਿਸਾਸ ਵਿੱਚ ਲੈ ਜਾਂਦੇ ਨੇ ਮਰੇ ਪਸ਼ੂਆਂ ਦੀ ਖਲਦਾ ਵਪਾਰ ਕਰਨ ਵਾਲਾ ਇਸ ਫਿਲਮ ਦਾ ਕਿਰਦਾਰ ਕੀਪਾ ਫਿਲਮ ਦੇ ਆਰੰਭ ਵਿੱਚ ਇੱਕ ਬਿਮਾਰ ਪਸ਼ੂ ਦੇ ਨੌਂ ਬਾਰ ਨੌ ਹੋ ਜਾਣ ਦੀ ਅਰਦਾਸ ਕਰਦਾ ਨਜ਼ਰ ਆਉਂਦਾ ਹੈ ਕੀਪਾ ਮਾਲਵੀ ਸੰਵੇਦਨਾ ਨਾਲ ਹੀ ਲਬਰੀਜ਼ ਨਹੀਂ ਸਗੋਂ ਉਸ ਨੂੰ ਪਸ਼ੂਆਂ ਨਾਲ ਵੀ ਡਾਡਾ ਮੋਹ ਉਸ ਨੂੰ ਹਾਲੇ ਮੰਡੀ ਨੇ ਨਹੀਂ ਦੱਸਿਆ ਇਸੇ ਕਾਰਨ ਉਸ ਲਈ ਵਪਾਰ ਨਹੀਂ ਸਗੋ ਹਮਦਰਦੀ ਅਤੇ ਦਰਦਮੰਦੀ ਸਭ ਤੋਂ ਅਹਿਮ ਕਦਰਾਂ ਹਨ ਇਹਨਾਂ ਕਦਰਾਂ ਨੂੰ ਇਹ ਕਿਰਦਾਰ ਉਦੋਂ ਵੀ ਬਚਾਈ ਰੱਖਦਾ ਜਦੋਂ ਉਸਤੇ ਨਵੇਂ ਜੰਮੇ ਭਤੀਜੇ ਦੀ ਜ਼ਿੰਦਗੀ ਦਾ ਸਵਾਲ ਆ ਖੜਾ ਹੁੰਦਾ ਜਨਮ ਲੈਂਦੇ ਸਾਰ ਬੱਚੇ ਨੂੰ ਪੀਲੀਆ ਹੋ ਜਾਂਦਾ ਤੇ ਮਸ਼ੀਨ ਵਿੱਚ ਪਾਉਣ ਲਈ ਹਸਪਤਾਲ ਵਾਲੇ ਬਹੁਤ ਹੀ ਨਰਦਈ ਤਰੀਕੇ ਨਾਲ 2200 ਰੁਪਏ ਦੀ ਮੰਗ ਕਰਦੇ ਨੇ 600 ਰੁਪਇਆ ਤਾਂ ਉਹਨਾਂ ਕੋਲ ਹੁੰਦਾ ਪਰ 1600 ਰੁਪਏ ਦਾ ਇੰਤਜ਼ਾਮ ਕਰਨ ਲਈ ਕੀਪਾ ਇਧਰ ਉਧਰ ਤਾਲੂ ਮੱਛੀ ਹੁੰਦਾ ਇਸੇ ਦੌਰਾਨ ਰਸਤੇ ਵਿੱਚ ਕੀਪੇ ਨੂੰ ਇੱਕ ਜ਼ਖਮੀ ਕਟਰੂ ਸੜਕ ਤੇ ਪਿਆ ਮਿਲਦਾ ਹੈ ਇਹ ਕਟਰੂ ਇੱਕ ਕਾਰ ਦੇ ਫੇਟ ਮਾਰ ਕਰਨ ਜ਼ਖਮੀ ਹਾਲਤ ਵਿੱਚ ਟੜਫਰਿਆ ਹੁੰਦਾ ਉਸ ਵਕਤ ਉਸਤੇ ਚੇਤੇ ਵਿੱਚੋਂ ਚੰਮ ਦੇ ਠੇਕੇਦਾਰ ਦੇ ਬੋਲ ਉੱਭਰਦੇ ਨੇ ਕਿ ਕਟਰੂਆਂ ਦੀ ਖਲ ਲਿਆ ਉਹਨਾਂ ਦੀ ਮੰਗ ਬਹੁਤ ਆ ਉਹ ਇੱਕ ਵਾਰ ਤਾਂ ਦੁਪਧਾ ਵਿੱਚ ਪੈ ਜਾਂਦਾ ਕਿ ਉਹ ਇਸ ਕਟਰੂ ਨੂੰ ਮਾਰਨ ਵੱਲ ਤੱਕ ਦੇਵੇ ਜਦੋਂ ਉਸ ਨੂੰ ਬਚਾਉਣ ਦਾ ਹਿਲਾ ਕਰੇ ਜੇ ਕਟਰੂ ਮਰਦਾ ਹੈ ਤਾਂ ਉਸ ਦਾ 1600 ਦਾ ਇੰਤਜ਼ਾਮ ਹੋ ਸਕਦਾ ਤੇ ਬੱਚਾ ਬਚ ਸਕਦਾ ਪਰ ਇਸ ਤਰ੍ਹਾਂ ਉਹ ਹਮਦਰਦੀ ਅਤੇ ਸਨੇਹ ਤੋਂ ਬਿਛੁੰਨਿਆ ਜਾ ਸਕਦਾ ਹੈ ਇਸ ਸਥਿਤੀ ਵਿੱਚ ਉਸ ਦੀ ਚੋਣ ਫਿਲਮ ਦੀ ਅਹਿਮ ਵਿਚਾਰਤਾਰਕ ਪ੍ਰਾਪਤੀ ਬਣਦੀ ਹੈ ਕਿਪਾ ਕਟਰੂ ਨੂੰ ਜਿਉਂਦਾ ਰੱਖਣ ਲਈ ਹੰਬੜਾ ਮਾਰਦਾ ਹੈ ਹਮਦਰਦੀ ਅਤੇ ਸਨੇਹ ਨੂੰ ਜਿਉਂਦਾ ਰੱਖ ਲੈਂਦਾ ਬੱਚਾ ਗੁਜ਼ਰ ਜਾਂਦਾ ਪਰ ਚੰਗਿਆਈ ਬਚ ਜਾਂਦੀ ਹੈ ਕਿਪਾ ਵੀ ਅੰਦਰੋਂ ਸਬੂਤਾ ਰਹਿ ਜਾਂਦਾ ਕਿਪੇ ਅੰਦਰਲਾ ਸਬੂਤਾਪਨ ਹੀ ਉਸ ਨੂੰ ਅਨਿਆਇ ਅਤੇ ਬੁਰਾਈ ਦੇ ਖਿਲਾਫ ਬੋਲਣ ਅਤੇ ਖੜਨ ਦੀ ਜ਼ਰੂਰਤ ਦਿੰਦਾ ਇਹ ਬਖਰੀ ਗੱਲ ਹੈ ਕਿ ਉਸ ਦਾ ਪ੍ਰਤੀਰੋਧ ਫਿਲਮ ਦੇ ਅਰੰਭਲੇ ਹਿੱਸੇ ਵਿੱਚ ਜਦੋਂ ਕੱਲਾ ਕਹਿਰਾ ਹੈ ਤਾਂ ਕੁਝ ਕਰਨ ਦੇ ਸਮਰੱਥ ਨਹੀਂ ਬੋਟਾਂ ਤੋਂ ਪਰੇ ਰਹਿ ਕੇ ਉਸ ਦਾ ਵਿਚਰਨਾ ਵੀ ਕੁਝ ਨਹੀਂ ਬਦਲਦਾ ਸਗੋਂ ਉਸ ਦਾ ਹੀ ਨੁਕਸਾਨ ਕਰ ਦਿੰਦਾ ਪਰ ਜਦੋਂ ਫਿਲਮ ਦੇ ਅੰਤ ਤੱਕ ਪਹੁੰਚਦੇ ਹਾਂ ਉਸ ਦਾ ਨਿੱਜੀ ਪ੍ਰਤੀਰੋਧ ਹੋਰ ਲੋਕ ਪੱਖੀ ਧਿਰਾਂ ਨਾਲ ਜੁੜਦਾ ਤਾਂ ਬਦਲਾਅ ਆਰੰਭ ਹੁੰਦਾ ਫਿਲਮ ਵਿੱਚ ਇਹ ਗੱਲ ਤੁਨੀ ਬਣ ਕੇ ਸਮਾਈ ਹੋਈ ਆ ਕਿ ਇਕੱਲੇ ਕਰੀ ਦੀ ਚੰਗਿਆਈ ਅਤੇ ਤਾਕਤ ਚੰਗੀ ਗੱਲ ਤਾਂ ਹੈ ਪਰ ਇਹ ਜਰੂਰ ਤੱਕ ਇਕੱਠ ਨਹੀਂ ਬਣਦੀ ਇਸ ਦਾ ਹਾਰ ਜਾਣਾ ਤਾਂ ਫਿਲਮ ਇਹ ਵੀ ਸੁਝਾਉਂਦੀ ਆ ਕਿ ਬ੍ਰਾਈ ਅਤੇ ਅਨਿਆ ਦੇ ਖਿਲਾਫ ਲੜਨ ਲਈ ਇਕੱਠ ਦੇ ਨਾਲ ਨਾਲ ਵਿਚਾਰਤਾਰਕ ਸਮਝਦਾਰੀ ਹੋਣੀ ਵੀ ਲੋੜੀਂਦੀ ਹੈ ਇਸੇ ਕਾਰਨ ਕਿਪੇ ਅਤੇ ਉਸਤੇ ਭਾਈਚਾਰੇ ਨੂੰ ਜਦੋਂ ਨੌਜਵਾਨ ਪਾਤਸਵਾ ਅਤੇ ਕਿਸਾਨ ਜੁਨੀਅਨ ਦੀ ਵਿਚਾਰਧਾਰਕ ਹਮਾਇਤ ਮਿਲਦੀ ਹੈ ਤਾਂ ਅਮਲੀ ਪੱਧਰ ਤੇ ਤਬਦੀਲੀ ਦਾ ਆਉਣਾ ਸੰਭਵ ਹੁੰਦਾ ਹੈ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਆਖਰ ਕਿਪੇ ਕੋਲ ਜਿਹੜੀ ਚੇਤਨਾ ਹੈ ਉਸਦਾ ਸਰੋਤ ਕੀ ਹੈ ਕਿਉਂਕਿ ਗਰੀਬੀ ਅਤੇ ਸਮਾਜਿਕ ਦਰਜੇਬੰਦੀ ਵਿੱਚ ਪਿੱਛੇ ਟੱਕੇ ਹੋਣ ਕਾਰਨ ਵਿੱਦਿਆ ਤੱਕ ਉਸਦੀ ਪਹੁੰਚ ਨਹੀਂ ਹੈ ਫਿਲਮ ਵਿੱਚ ਇਸ ਚੇਤਨਾ ਦੇ ਦੋ ਸਰੋਤ ਨਜ਼ਰ ਆਉਂਦੇ ਨੇ ਪਹਿਲਾ ਅਤੇ ਤਾਕਤਵਰ ਸਰੋਤ ਪਰਿਵਾਰਕ ਵਿਰਸੇ ਵਿੱਚੋਂ ਮਿਲੀਆਂ ਕਦਰਾਂ ਅਤੇ ਸੰਵੇਦਨਾਵਾਂ ਨੇ ਫਿਲਮ ਵਿੱਚ ਇੱਕ ਪ੍ਰਸੰਗ ਹੈ ਕਿਪੇ ਅਤੇ ਮੇਵੀ ਦਾ ਪਿਤਾ ਸੰਗੀ ਬਜਾਉਂਦਾ ਸੀ ਉਸ ਨੂੰ ਇੱਕ ਵਾਰ ਕਿਸੇ ਨੇ ਮੱਝ ਅਤੇ ਕਟਰੂ ਇਨਾਮ ਬਜਾਉ ਦੇ ਦਿੱਤਾ ਸੀ ਕਟਰੂ ਬਹੁਤ ਹੀ ਖੂਬਸੂਰਤ ਸੀ ਪਰ ਸਰਪੰਚ ਹਾਕਮ ਦਾ ਪਿਤਾ ਉਸ ਕਟਰੂ ਨੂੰ ਕੀਪੇ ਦੇ ਪਿਤਾ ਕੋਲੋਂ ਕੁਰਬਾਨੀ ਦੇਣ ਲਈ ਲੈ ਜਾਂਦਾ ਹੈ ਪਿੱਛੋਂ ਮੱਝ ਦਾ ਦੁੱਧ ਨਾ ਦੇਣਾ ਕੀਪੇ ਦੀ ਮਾਂ ਦਾ ਰੋਂਦੇ ਰਹਿਣਾ ਬਾਪੂ ਦਾ ਚੁੱਪ ਹੋ ਜਾਣਾ ਇਹ ਯਾਦ ਕੀਪੇ ਦੀ ਸੰਵੇਦਨਾ ਨੂੰ ਜਿਉਂਦਾ ਰੱਖਦੀ ਹੈ ਮੱਝ ਦੇ ਕੱਟੇ ਨੂੰ ਉਸਦੇ ਪਿਤਾ ਵੱਲੋਂ ਸਰਪੰਚ ਦੇ ਪਿਤਾ ਨੂੰ ਦੇ ਦੇਣ ਦਾ ਬੋਝ ਕੀਪਾ ਆਪਣੀ ਆਤਮਾ ਤੇ ਚੁੱਕੀ ਫਿਰਦਾ ਹੈ ਇਹ ਉਸ ਦੀ ਸੰਵੇਦਨਾ ਦਾ ਸਿਖਰ ਫਿਲਮ ਵਿੱਚ ਦਲਤਾਂ ਦੀਆਂ ਕੁੜੀਆਂ ਨਾਲ ਅਮੀਰ ਜੱਟ ਸਰਦਾਰਾਂ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਨੂੰ ਵੀ ਜ਼ੁਬਾਨ ਦਿੱਤੀ ਗਈ ਹੈ ਫਿਲਮ ਵਿੱਚ ਮੇਵੀ ਦੀ ਘਰਵਾਲੀ ਨੂੰ ਇੱਕ ਜ਼ਗੀਰਦਾਰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਉਸ ਨੂੰ ਮਾਨਸਿਕ ਤਜ਼ਾਦ ਬੇਵਸੀ ਦੇ ਨਾਲ-ਨਾਲ ਬੇਕਸੂਰ ਹੋਣ ਦੇ ਬਾਵਜੂਦ ਆਪਣੇ ਪਤੀ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ ਮੇਬੀ ਉਸ ਨੂੰ ਬਾਸੀ ਤੀਮੀ ਕਹਿ ਕੇ ਦਰਕਾਰਦਾ ਹੈ ਫਿਲਮ ਦਾ ਇਹ ਕਥਾ ਅੰਸ਼ ਮੇਬੀ ਦੇ ਅੰਦਰ ਬਸੀ ਉਸ ਮਰਦਾਨੀ ਹੋ ਨੂੰ ਵੀ ਜ਼ੁਬਾਨ ਦਿੰਦਾ ਜਿਸ ਦਾ ਸ਼ਿਕਾਰ ਪਹਿਲਾਂ ਮੇਬੀ ਖੁਦ ਹੁੰਦਾ ਹੈ ਤੇ ਫਿਰ ਉਹ ਇਸ ਦਾ ਸ਼ਿਕਾਰ ਆਪਣੀ ਘਰ ਵਾਲੀ ਨੂੰ ਬਣਾਉਂਦਾ ਇਸੇ ਕਥਾ ਅੰਸ਼ ਦੀ ਅਗਲੀ ਕੜੀ ਵਿੱਚ ਕੀਪੇ ਦੀ ਘਰ ਵਾਲੀ ਕਰਮੀ ਆਪਣੀ ਵਿਥਿਆ ਸੁਣਾਉਂਦੀ ਦੱਸਦੀ ਆ ਕਿ ਉਸ ਨਾਲ ਵੀ ਕਿਸੇ ਨੇ ਇੰਝ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਉਸਨੂੰ ਜ਼ੋਰਤ ਨਾਲ ਠੰਡਾ ਕਰਤਾ ਸੀ ਇਹ ਅੰਸ਼ ਇਹ ਸੁਝਾਉਂਦਾ ਕਿ ਦਲਤਾਂ ਦੀਆਂ ਕੁੜੀਆਂ ਹਮੇਸ਼ਾ ਕਮਜ਼ੋਰ ਨਹੀਂ ਹੁੰਦੀਆਂ ਉਹਨਾਂ ਅੰਦਰ ਵੀ ਤਾਕਤ ਦੇ ਅੰਸ਼ ਮੌਜੂਦ ਨੇ ਇੱਕ ਹੋਰ ਦ੍ਰਿਸ਼ ਵਿੱਚ ਕਰਮੀ ਜਿਸ ਘਰ ਵਿੱਚ ਕੰਮ ਕਰਦੀ ਹੈ ਉਸ ਘਰ ਦੀ ਸਰਦਾਰਨੀ ਬਿਨਾਂ ਕਿਸੇ ਕਸੂਰ ਤੋਂ ਕਰਮੀ ਤੇ ਚੋਰੀ ਦਾ ਇਲਜ਼ਾਮ ਲਾਉਂਦੀ ਪੇਸ਼ ਹੁੰਦੀ ਆ ਇਸ ਤਰ੍ਹਾਂ ਦੀ ਬੇਰਵੇ ਦਲਿਤ ਔਰਤਾਂ ਦੀ ਹੋਂਦ ਨੂੰ ਉਭਾਰਦੇ ਨੇ ਤੇ ਸਾਡੇ ਸਮਾਜ ਵਿੱਚ ਪਸਰੀ ਦਰਜੇਬੰਦੀ ਦੇ ਦੀ ਹਿੰਸਾ ਦੇ ਸਥੂਲ ਤੇ ਸੂਖਮ ਰੂਪਾਂ ਨੂੰ ਜ਼ੁਬਾਨ ਦਿੰਦੇ ਨੇ ਇਸ ਫਿਲਮ ਦੀ ਇੱਕ ਹੋਰ ਖਾਸ ਗੱਲ ਪਿੰਡ ਨੂੰ ਇਸਤੀਆਂ ਬਨ ਸੁਵੰਤਾਵਾ ਵਿੱਚ ਚਿਤ੍ਰਣ ਕਰਕੇ ਹੈ ਆਮ ਤੌਰ ਤੇ ਜਦੋਂ ਮਜ਼ਲੂਮ ਅਤੇ ਜ਼ੁਲਮੀ ਧਿਰ ਦੀ ਕਥਾ ਕਹੀ ਜਾਂਦੀ ਆ ਤਾਂ ਮਜ਼ਲੂਮ ਨੂੰ ਇੱਕ ਜਾਤ ਜਾਂ ਖਾਸ ਜੈਂਡਰ ਨਾਲ ਜੋੜ ਦਿੱਤਾ ਜਾਂਦਾ ਤੇ ਜ਼ੁਲਮ ਕਰਨ ਵਾਲੀ ਧਿਰ ਨੂੰ ਕਿਸੇ ਦੂਜੀ ਜਾਤ ਜਾਂ ਕਿਸੇ ਦੂਜੀ ਜੈਂਡਰ ਪਛਾਣਨਾ ਇਸ ਨਾਲ ਸਮਾਜ ਵਿੱਚ ਵੰਡ ਅਤੇ ਦੁਸ਼ਮਣੀ ਘਟਨ ਦੀ ਬਚਾਏ ਬਾਦੀ ਆ ਇਹ ਫਿਲਮ ਇਸ ਤਰ੍ਹਾਂ ਦੀ ਵੰਡ ਨੂੰ ਉਨਕਾਰਦੀ ਆ ਇਸ ਵਿੱਚੋਂ ਵੀ ਫਿਲਮ ਦੀ ਵਿਚਾਰਤਾਰਕ ਸਫਲਤਾ ਉਗੜਦੀ ਹੈ ਫਿਲਮ ਵਿੱਚਲੀ ਪੇਸ਼ਕਾਰੀ ਨਾਲ ਜੱਟ ਕਿਸਾਨ ਅਤੇ ਦਲਿਤਾਂ ਵਿਚਲਾ ਪਾੜਾ ਘਟਦਾ ਹੈ ਕਿਪੇ ਦੀ ਸਭ ਤੋਂ ਬੁਢੇਰੇ ਮਦਦ ਇੱਕ ਕਿਸਾਨ ਬਲਕਾਰ ਸਿੰਘ ਕਰਦਾ ਹੈ ਬਲਕਾਰ ਸਿੰਘ ਵੀ ਕਿਪੇ ਵਾਂਗ ਮਜ਼ਲੂਮ ਹੈ ਉਸਦੇ ਜ਼ਖਮ ਹੋਰ ਵੀ ਗਹਿਰੇ ਨੇ ਉਸਦੇ ਪੁੱਤਰ ਕਰਮੇ ਨੂੰ ਸਰਪੰਚ ਦੁਆਰਾ ਵੇਚਿਆ ਸਿੱਟਾ ਖਾ ਜਾਂਦਾ ਹੈ ਬਲਕਾਰ ਸਿਉਂ ਦੇ ਸਮਾਨੰਤਰ ਕੀਪੇ ਦੀ ਭੂਆ ਦਾ ਪੁੱਤ ਜਿਹੜਾ ਵੱਡਾ ਅਫਸਰ ਬਣ ਗਿਆ ਪਰ ਹੁਣ ਉਸ ਲਈ ਕੀਪੇ ਲਈ ਜਾਂ ਕੀਪੇ ਵਰਗੀਆਂ ਹੋਰ ਧਿਰਾਂ ਲਈ ਸੰਵੇਦਨਾ ਅਸਲੋਂ ਮੁੱਕ ਚੁੱਕੀ ਆ ਫਿਲਮ ਸੁਝਾਉਂਦੀ ਆ ਕਿ ਸੰਵੇਦਨਾ ਦਾ ਮਸਲਾ ਕਿਸੇ ਇੱਕ ਜਾਤ ਜਾਂ ਜਮਾਤ ਤੱਕ ਸੀਮਿਤ ਨਹੀਂ ਕਿਸੇ ਖਾਸ ਜਾਤ ਦਾ ਬੰਦਾ ਵੀ ਹਾਲਾਤ ਬਦਲ ਨਾਲ ਅਸਲੋਂ ਸੰਵੇਦਨਾਹੀਣ ਹੋ ਜਾਂਦਾ ਤੇ ਕੋਈ ਹੋਰ ਜਿਵੇਂ ਕਿ ਬਲਕਾਰ ਸਿਉਂ ਹਮਦਰਦੀ ਅਤੇ ਸੰਵੇਦਨਾ ਨਾਲ ਭਰ ਜਾਂਦਾ ਹੈ ਇਸ ਫਿਲਮ ਦੀ ਇੱਕ ਹੋਰ ਖਾਸੀਅਤ ਇਹ ਆ ਕਿ ਜਦੋਂ ਚਮ ਦਾ ਕੰਮ ਕਰਨ ਵਾਲੇ ਇਸ ਪਰਿਵਾਰ ਦੀ ਕਥਾ ਕਹੀ ਜਾਂਦੀ ਆ ਤਾਂ ਫਿਲਮ ਉਸ ਪਰਿਵਾਰ ਨੂੰ ਬਿਲਕੁਲੀ ਨਰਾਸ਼ ਬੇਵਸ ਅਤੇ ਖੁਸ਼ੀ ਵੀ ਹੋਣੇ ਪੇਸ਼ ਨਹੀਂ ਕਰਦੀ ਜਿਵੇਂ ਕਿ ਅਕਸਰ ਮਜ਼ਲੂਮ ਧਰਾਂ ਨੂੰ ਪਪੂਲਰ ਕਹਾਣਤ ਵਿੱਚ ਪੇਸ਼ ਕਰਨ ਵੇਲੇ ਕਰ ਦਿੱਤਾ ਜਾਂਦਾ ਇਸ ਪਰਿਵਾਰ ਵਿੱਚ ਖੁਸ਼ੀ ਦੇ ਸਰੋਤ ਮੌਜੂਦ ਨਹੀਂ ਜਿਵੇਂ ਪਰਿਵਾਰ ਦਾ ਆਪਸੀ ਸਹਿਚਾਰ باوجود ਕੁਝ ਰੋਲੇ ਰੱਪੇ ਦੇ ਜਾਂ ਫਿਰ ਸਭ ਤੋਂ ਵਧੇਰੇ ਤਾਕਤਵਰ ਰੂਪ ਵਿੱਚ ਨਵੇਂ ਜੀ ਦੀ ਆਮਦ ਦੀ ਆਸ ਪਰ ਤਰਾਸ ਦੀ ਇਹ ਆ ਕਿ ਉਹਨਾਂ ਦੀ ਖੁਸ਼ੀ ਦੇ ਕਿਸੇ ਵੀ ਸਰੋਤ ਨੂੰ ਪੁੰਗਰਨ ਅਤੇ ਵਦਨ ਫੁੱਲਣ ਤੋਂ ਪਹਿਲਾਂ ਹੀ ਮਸਲ ਦਿੱਤਾ ਜਾਂਦਾ ਫਿਲਮ ਵਿੱਚ ਸਰਪੰਚ ਹਾਕਮ ਦੇ ਰੂਪ ਵਿੱਚ ਸਿਆਸਤ ਦੇ ਲੋਕ ਵਿਰੋਧੀ ਅਤੇ ਹਮਦਰਦੀ ਭਿਹੁਣੇ ਚਰਿੱਤਰ ਨੂੰ ਉਭਾਰਿਆ ਗਿਆ ਸਥਾਪਤ ਪ੍ਰਚਲਿਤ ਸਿਆਸਤ ਲੋਕਪੱਖੀ ਨਹੀਂ ਇਸ ਦੇ ਇੱਕ ਤੋਂ ਬਧੇਰੇ ਬੇਰਵੇ ਇਸ ਫਿਲਮ ਵਿੱਚ ਪੇਸ਼ ਹੁੰਦੇ ਨੇ ਸਰਪੰਚ ਸਿਆਸਤ ਆਸਰੇ ਸਰਕਾਰੀ ਤੰਤਰ ਤੱਕ ਪਹੁੰਚ ਪਣਾਉਂਦਾ ਅਤੇ ਉਸ ਨੂੰ ਚਿੱਟਾ ਵੇਚਣ ਦੇ ਹੇਕਾਰਿਆਂ ਲਈ ਵਰਤਦਾ ਹਾਕਮ ਦੀ ਸਿਆਸਤ ਜਦੋਂ ਮੋੜ ਤਾਕਤ ਵਿੱਚ ਆਉਂਦੀ ਆ ਤਾਂ ਉਹ ਕੀਪੇ ਨੂੰ ਸਬਕ ਸਿਖਾਉਣ ਲਈ ਹੱਡਾ ਰੋੜੀ ਨੂੰ 45000 ਰੁਪਏ ਤੇ ਸਾਲ ਭਰ ਲਈ ਠੇਕੇ ਤੇ ਦੇਣ ਦਾ ਐਲਾਨ ਕਰ ਦਿੰਦਾ ਇਹ ਸਿਆਸਤ ਗਰੀਬ ਲੋਕਾਂ ਤੋਂ ਉਹ ਆਸਰੇ ਵੀ ਖੋਹ ਲੈਂਦੀ ਆ ਜਿਹੜੇ ਪਿੰਡ ਦੇ ਸਹਿਜ ਪ੍ਰਬੰਧ ਨੇ ਸਿਰਜੇ ਸੀ। ਇਹ ਸਿਆਸਤ ਝੂਠੇ ਲਾਰਿਆਂ ਨਾਲ ਲੋਕਾਂ ਨੂੰ ਉਹਨਾਂ ਦੇ ਜ਼ਮੀਨੀ ਯਥਾਰਥ ਤੋਂ ਤੋੜਨ ਦੀ ਭੂਮਿਕਾ ਵੀ ਅਦਾ ਕਰਦੀ ਆ। ਮੇਬੀ ਨੂੰ ਨੌਕਰੀ ਦਾ ਲਾਰਾ ਤਾਂ ਮਿਲਦਾ ਪਰ ਉਹ ਅਸਲੀਅਤ ਦੇ ਵਿੱਚ ਕਦੇ ਨਹੀਂ ਬਦਲਦਾ। ਇਸ ਨਾਲ ਉਸ ਦਾ ਆਪਣੇ ਪਿਤਾ ਪੁਰਖੀ ਕਿੱਤੇ ਨਾਲੋਂ ਲਗਾਅ ਮੂਲੋਂ ਹੀ ਟੁੱਟ ਜਾਂਦਾ। ਸਿਆਸਤ ਦਾ ਇੱਕ ਹੋਰ ਰੰਗ ਉਦੋਂ ਸਕਾਰ ਹੁੰਦਾ ਇਜਤੋਂ ਪਿੰਡ ਵਿੱਚ ਆਈ ਡੰਗਰਾਂ ਦੀ ਡਾਕਟਰ ਕੁੜੀ ਨਵੇਂ ਗਿਆਨ ਆਸਰੇ ਪਿੰਡ ਨੂੰ ਹਲੂਣ ਦੀ ਨਵੀਂ ਜਾਗ ਲਾਉਂਦੀ ਹੈ ਸਰਪੰਚ ਉਸ ਦੀ ਬਦਲੀ ਕਰਵਾ ਦਿੰਦਾ ਇਸ ਤਰ੍ਹਾਂ ਸਿਆਸਤ ਦੇ ਲੋਕ ਵਿਰੋਧੀ ਚਰਿੱਤਰ ਤੇ ਝੁਰਤ ਨਾਲ ਉਂਗਲ ਰੱਖਣ ਕਰਕੇ ਫਿਲਮ ਅਹਿਮ ਹੋ ਜਾਂਦੀ ਹੈ ਫਿਲਮ ਵਿੱਚ ਲੋਕਾਂ ਨੂੰ ਪਛਾਣ ਖਿਚੂ ਬਣਾਈ ਰੱਖਣ ਵਿੱਚ ਭੂਮਿਕਾ ਅਦਾ ਕਰਨ ਵਾਲੇ ਅਤੇ ਅੰਧਵਿਸ਼ਵਾਸ ਪਲਾਉਣ ਵਾਲੇ ਤਤਕ ਤੇ ਬਾਬਿਆਂ ਦਾ ਚਰਿੱਤਰ ਵੀ ਉਭਾਰਿਆ ਗਿਆ ਹੈ ਫਿਲਮ ਇਹਨਾਂ ਬਾਬਤ ਜ਼ਾਰਾ ਰੂਪ ਵਿੱਚ ਕੋਈ ਬਹੁਤੀ ਟਿੱਪਣੀ ਤਾਂ ਨਹੀਂ ਕਰਦੀ ਪਰ ਜਿਸ ਤਰ੍ਹਾਂ ਦੀ ਦ੍ਰਿਸ਼ਕਾਰੀ ਵਿੱਚ ਇਹਨਾਂ ਨੂੰ ਬੰਨਿਆ ਗਿਆ ਉਹਨਾਂ ਨਾਲ ਇਹਨਾਂ ਦਾ ਲੋਕ ਵਿਰੋਧੀ ਚਿਹਰਾ ਸਹਿਜ ਹੀ ਨੰਗਾ ਹੋ ਜਾਂਦਾ ਫਿਲਮ ਵਿੱਚ ਸਿਹਤ ਸਹੂਲਤਾਂ ਦੇ ਨਿਜੀਕਰਨ ਅਤੇ ਇਸ ਕਾਰਨ ਇਹਨਾਂ ਦੇ ਹੋ ਗਏ ਅਮਾਨਵੀਪਣ ਨੂੰ ਵੀ ਉਭਾਰਿਆ ਗਿਆ ਲਾਭ ਅਤੇ ਲਾਲਸਾ ਤੇ ਉਸਰੇ ਹਸਪਤਾਲਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਲਾਜ ਕਰਵਾਉਣ ਆਇਆ ਬੰਦਾ ਕਿੰਨਾ ਕੁ ਗਰੀਬ ਆ ਜਾਂ ਕਿੰਨਾ ਕੁ ਲੋੜਵੰਦ ਆ ਉਹਨਾਂ ਨੂੰ ਸਿਰਫ ਪੈਸੇ ਚਾਹੀਦੇ ਨੇ ਤੇ ਜੇ ਪੈਸੇ ਨਹੀਂ ਤਾਂ ਇਲਾਜ ਨਹੀਂ ਫਿਲਮ ਵਿੱਚ ਮੇਬੀ ਦਾ ਲੜਕਾ ਮਹਿਜ 1600 ਰੁਪਏ ਖਰੋ ਇਲਾਜ ਨਾ ਮਿਲਣ ਕਰਕੇ ਗੁਜ਼ਰ ਜਾਂਦਾ ਇਹ ਨਿظام ਅਤੇ ਮੰਡੀ ਕਦਰਾਂ ਦੇ ਲੋਕ ਵਿਰੋਧੀ ਚਰਿੱਤਰ ਦਾ ਸਿਖਰ ਆ ਫਿਲਮ ਵਿੱਚ ਇੱਕ ਕਿਰਦਾਰ ਸਿਮਰਨ ਦੀ ਭੂਮਿਕਾ ਅਹਿਮ ਹੈ ਸਿਮਰਨ ਇੱਕ ਲੜਕੀ ਹੈ ਪਰ ਉਹ ਡੰਗਰਾਂ ਦੀ ਡਾਕਟਰ ਹੈ ਆਮ ਤੌਰ ਤੇ ਲੜਕੀਆਂ ਡੰਗਰਾਂ ਦੀਆਂ ਡਾਕਟਰ ਨਹੀਂ ਹੁੰਦੀਆਂ ਫਿਲਮ ਇਸ ਰੂਟ ਤਾਂ ਉਹ ਤੋੜਦੀ ਆ ਕਿ ਕੁੜੀਆਂ ਵੀ ਡੰਗਰਾਂ ਦੀਆਂ ਡਾਕਟਰ ਹੋ ਸਕਦੀਆਂ ਨੇ ਉਹ ਅਮੀਰ ਸ਼ਹਿਰ ਵਸਤੇ ਪਰਿਵਾਰ ਵਿੱਚੋਂ ਹੋਣ ਦੇ ਬਾਵਜੂਦ ਪਿੰਡ ਵਿੱਚ ਨੌਕਰੀ ਕਰਨ ਆਉਂਦੀ ਆ ਇਹ ਇਸ ਗੱਲ ਦੀ ਚਿੰਨਕਾਰੀ ਹੈ ਕਿ ਸਾਡੀ ਨਵੀਂ ਪੀੜ੍ਹੀ ਵਿੱਚ ਕੁਝ ਚੰਗਾ ਕਰਨ ਗੁਜ਼ਰਨ ਦਾ ਹੀਆ ਹਲੇ ਮੁੱਕਿਆ ਨਹੀਂ ਉਹਨਾਂ ਤੇ ਯਕੀਨ ਰੱਖਿਆ ਜਾ ਸਕਦਾ ਸਿਮਰਨ ਪਿੰਡ ਵਿੱਚ ਬਦਲਾਅ ਦਾ ਸਬੱਬ ਬਣਦੀ ਹੈ ਉਹ ਇੱਕ ਤਰ੍ਹਾਂ ਨਾਲ ਨਾਇਕ ਹੋ ਨਿਭੜਦੀ ਹੈ ਸਿਮਰਨ ਵਿੱਚ ਹਾਸਲ ਕੀਤੇ ਗਿਆਨ ਕਾਰਨ ਲੜਨ ਦੀ ਚਾਹ ਹੈ ਜੇਰਾ ਹੈ ਰਾਉ ਲਬ ਲੈਂਦੀ ਹੈ ਚੰਗਿਆਈ ਉਸ ਅੰਦਰ ਜ਼ਰੂਰਤ ਪੈਦਾ ਕਰਦੀ ਹੈ ਜਿਸ ਆਸਰੇ ਉਹ ਸਰਪੰਚ ਨੂੰ ਸਿੱਧੀ ਹੋ ਕੇ ਟੱਕਰਦੀ ਹੈ ਵਿਦਿਆ ਉਸ ਨੂੰ ਉੱਚ-ਨੀਚ ਦੇ ਆਦਰਜੇ ਬੰਦੀਆਂ ਤੋਂ ਮੁਕਤ ਕਰਦੀ ਹੈ ਇਸੇ ਕਾਰਨ ਉਹ ਕੀਪੇ ਦੇ ਘਰ ਵਿੱਚ ਰਹਿਣ ਲੱਗਦੀ ਹੈ ਫਿਲਮ ਵਿੱਚ ਸਿਮਰਨ ਪਿੰਡ ਦੇ ਮਜ਼ਲੂਮ ਲੋਕਾਂ ਨੂੰ ਨੌਜਵਾਨ ਸਭਾ ਅਤੇ ਕਿਸਾਨ ਜੂਨੀਅਨ ਨਾਲ ਮਲਾਉਣ ਵਿੱਚ ਸੂਤਰ ਧਾਰ ਦੀ ਭੂਮਿਕਾ ਨਿਭਾਉਂਦੀ ਹੈ ਫਿਲਮ ਦਾ ਅੰਤ ਦੋ ਦਿਸ਼ਾਵਾਂ ਵੱਲ ਸੰਕੇਤ ਕਰਦਾ ਇੱਕ ਦਿਸ਼ਾ ਨਿਰਾਸ਼ਾ ਅਤੇ ਤੁੰਦੂਕਾਰੇ ਨਾਲ ਭਰੀ ਹੋਈ ਆ ਅਤੇ ਦੂਸਰੀ ਉਮੀਦ ਅਤੇ ਰੌਸ਼ਨੀ ਨਾਲ ਪਹਿਲੀ ਦਿਸ਼ਾ ਦਾ ਸੂਚਕ ਕਿ ਪੇਦਾ ਛੋਟਾ ਪ੍ਰਾਮੇਵੀ ਬਣਦਾ ਮੰਡੀ ਉਸ ਤੱਕ ਸ਼ਹਿਰੋਂ ਆਏ ਉਸਤੇ ਦੋਸਤ ਅਤੇ ਉਸਤੇ ਫੋਨ ਵਿਚਲੀ ਅਸ਼ਲੀਲਤਾ ਰਹੀ ਪਹੁੰਚ ਕਰਦੀ ਆ ਇਹ ਪਹਿਲਾ ਮੌਕਾ ਹੁੰਦਾ ਜਦੋਂ ਉਹ ਉਸ ਦਾ ਪਿੰਡ ਅਤੇ ਆਪਣੇ ਪਿਤਾ ਪੁਰਖੀ ਕਿਤੇ ਤੋਂ ਯਕੀਨ ਉੱਠਦਾ ਅੰਤ ਜਦੋਂ ਉਸ ਦਾ ਨਾਮ ਜੰਮਿਆ ਬੱਚਾ ਗਰੀਬੀ, ਕੋਰ ਬੇਵਸੀ ਅਤੇ ਪ੍ਰਬੰਧ ਦੀ ਬੇਕਾਰਕ ਹੰਸਾ ਦੀ ਭੇਟ ਚੜ ਜਾਂਦਾ ਤਾਂ ਉਹ ਆਪਣੀ ਘਰਵਾਲੀ ਸਮੇਤ ਸ਼ਹਿਰ ਉੱਠ ਜਾਂਦਾ ਸ਼ਹਿਰ ਤੋਂ ਉਸ ਨੂੰ ਆਸ ਹੈ ਪਰ ਇਹ ਗੱਲ ਸਾਨੂੰ ਪਤਾ ਹੀ ਆ ਕਿ ਸ਼ਹਿਰ ਤਾਂ ਹੋਰ ਵੀ ਜ਼ਾਲਮ ਅਤੇ ਨਰਦਈ ਹੈ ਮੇਬੀ ਦਾ ਰਾਹ ਨਿਸ਼ਚੈ ਹੀ ਹਨੇਰੇ ਨਾਲ ਭਰਿਆ ਹੋਇਆ ਏ ਭਾਵੇਂ ਫਿਲਮ ਇਸ ਦਿਸ਼ਾ ਵੱਲ ਹੋਰ ਅੱਗੇ ਨਹੀਂ ਤੁਰਦੀ ਫਿਲਮ ਵਿੱਚ ਪੇਸ਼ ਦੂਜੀ ਦਿਸ਼ਾ ਸੰਘਰਸ਼ ਅਤੇ ਸਮੂਹਕਤਾ ਨੂੰ ਚੰਨਤ ਕਰਦੀ ਹੈ ਫਿਲਮ ਦੇ ਅੰਤ ਵਿੱਚ ਕੀਪੇ ਨੂੰ ਪੰਚਾਇਤੀ ਰਾਖਮੀ ਜ਼ਮੀਨ ਬੌਂਡ ਦਾ ਹੱਕ ਮਿਲਣਾ ਇਸ ਗੱਲ ਦਾ ਸੰਕੇਤ ਆ ਕਿ ਹਲੇ ਸਰਬਨਾਸ਼ ਨਹੀਂ ਹੋਇਆ ਹੈ ਲੜਨ ਅਤੇ ਹੱਕ ਹਾਸਲ ਕਰਨ ਦੀ ਥਾਂ ਹਲੇ ਵੀ ਬਾਕੀ ਆ ਸਿਸਟਮ ਅਤੇ ਸਰਕਾਰੀ ਤੰਤਰ ਨੂੰ ਲੁਕਾਈ ਦੇ ਦਬਦਬੇ ਨਾਲ ਆਪਣੇ ਹਿੱਤ ਵਿੱਚ ਪੁਗਤਾਇਆ ਜਾ ਸਕਦਾ ਹੈ ਸਰਪੰਚ ਦੀ ਹਰ ਮਾਮਲੇ ਵਿੱਚ ਜਿੱਤ ਨੂੰ ਨੱਥ ਪਾਈ ਜਾ ਸਕਦੀ ਹੈ ਫਿਲਮ ਦਾ ਉਮੀਦ ਨੂੰ ਚਿਤਰਨਾ ਯਥਾਰਥ ਤੋਂ ਦੂਰ ਦੀ ਗੱਲ ਨਹੀਂ ਸਗੋਂ ਇਸਤੀਆਂ ਸੰਭਾਵਨਾਵਾਂ ਪੰਜਾਬ ਦੇ ਜਾਇਆਂ ਅੰਦਰ ਧਰੋਹੀ ਮੌਜੂਦ ਹਨ ਫਿਲਮ ਦੀ ਖਾਸੀਅਤ ਇਹ ਆ ਇਹ ਲੁਕਾਈ ਨੂੰ ਉਸਤੀਆਂ ਸੰਭਾਵਨਾਵਾਂ ਦੀ ਪਛਾਣ ਕਰਵਾਉਂਦੀ ਹੈ ਫਿਲਮ ਦੇ ਅੰਤ ਵਿੱਚ ਦਰਜ ਇਹ ਸੰਗੀਤਕ ਬੋਲ ਸੰਘਰਸ਼ ਦੀ ਅਹਿਮੀਅਤ ਨੂੰ ਉਭਾਰਦੇ ਹਨ ਕਿ ਸਿਰ ਦਿੱਤੇ ਹੱਕ ਹਾਸਲ ਹੋਵੇ ਮੌਤ ਤੋਂ ਔਮੂਲ ਨਾ ਡਰਨਾ ਹੁਣ ਕੁਝ ਗੱਲਾਂ ਫਿਲਮ ਦੇ ਰੂਪਕ ਪੱਖ ਬਾਰੇ ਕਰਦੇ ਹਾਂ ਫਿਲਮ ਪੰਜਾਬੀ ਸਮਾਜ ਵਿਚਲੇ ਬਹੁਤ ਸਾਰੇ ਪਹਿਲੂਆਂ ਨੂੰ ਮੁੱਦਾ ਬਣਾਉਂਦੀ ਹੈ ਇਸ ਵਿੱਚ ਊਚ ਨੀਚ ਜਾਤ ਪਾਤ ਚਮਰਤੀ ਤਾਣਾ ਬਾਣਾ ਮਾੜੀ ਰਾਜਨੀਤੀ ਸਿਹਤ ਪ੍ਰਬੰਧ ਦੀ ਬੁਰੀ ਹਾਲਤ ਆਦ ਕਈ ਸਾਰੇ ਮੁੱਦੇ ਨੇ ਇਸ ਤਰ੍ਹਾਂ ਦੀ ਬਹੁਤ ਅੰਦੀ ਪੇਸ਼ਕਾਰੀ ਵਿੱਚ ਕਹਾਣੀ ਦੇ ਬिखर ਜਾਣ ਦਾ ਖਤਸ਼ਾ ਹੁੰਦਾ ਪਰ ਰਜੀਵ ਹੋਰਾਂ ਦੀ ਤਾਰੀਫ ਕਰਨੀ ਬਣਦੀ ਹੈ ਕਿ ਕਹਾਣੀ ਕਿਤੇ ਵੀ ਬिखरਦੀ ਨਹੀਂ ਪ੍ਰਭਾਵ ਬਣਾਈ ਰੱਖਦੀ ਹੈ ਕਹਾਣੀ ਦੀ ਮੁੱਖ ਤੰਦ ਦੇ ird gird ਊਣੀਆਂ ਤੰਦਾਂ ਮੁੱਖ ਤੰਦ ਨੂੰ ਸਗੋਂ ਹੋਰ ਮਜ਼ਬੂਤ ਕਰਦੀਆਂ ਹਨ ਕਿਰਦਾਰਾਂ ਦੀ ਦਿੱਖ ਬਹੁਤ ਸਹਿਜ ਨਜ਼ਰ ਆਉਂਦੀ ਹੈ ਅਦਾਕਾਰ ਜਿਨ੍ਹਾਂ ਕਿਰਦਾਰਾਂ ਨੂੰ ਨਿਭਾਉਂਦੇ ਨੇ ਉਹਨਾਂ ਦਾ ਹੀ ਰੂਪ ਜਾਪਦੇ ਨੇ ਫਿਲਮ ਕਹਾਣੀ ਨਾਲ ਸੰਬੰਧਤ ਅਸਲ ਥਾਮਾ ਤੇ ਫਲਮਾਈ ਗਈ ਹੈ ਇਹ ਗੱਲ ਪੇਸ਼ਕਾਰੀ ਨੂੰ ਅਸਲੀਅਤ ਦਾ ਰੰਗ ਦਿੰਦੀ ਹੈ ਤੇ ਇਹ ਰੰਗ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਫਿਲਮ ਬਣਾਉਣ ਵੇਲੇ ਕਿਰਦਾਰਾਂ ਨੂੰ ਨਿਭਾਉਣ ਲਈ ਠੀਕ ਅਦਾਕਾਰਾਂ ਦੀ ਚੋਣ ਕਰਨਾ ਆਪਣੇ ਆਪ ਵਿੱਚ ਇੱਕ ਅਹਿਮ ਤੇ ਮੁਸ਼ਕਲ ਮੁੱਦਾ ਹੁੰਦਾ ਕਿਹੜਾ ਚਿਹਰਾ ਕਿਹੜਾ ਅਦਾਕਾਰ ਕਿਸ کردار ਲਈ ਠੀਕ ਬੈਠੂ ਇਹ ਲੱਭਣਾ ਸੌਖਾ ਕੰਮ ਨਹੀਂ ਇਸ ਵਿੱਚ ਹੋਰ ਬਹੁਤ ਸਾਰੇ ਕਾਰਕ ਵੀ ਭੂਮਿਕਾ ਅਦਾ ਕਰਦੇ ਨੇ ਜਿਵੇਂ ਕੋਈ ਅਦਾਕਾਰ ਕਿਨੀ ਫੀਸ ਲਊ ਜਾਂ ਉਸ ਦੀਆਂ ਤਰੀਕਾ ਮਿਲਣ ਗਿਆ ਜਾਂ ਨਹੀਂ ਰਜੀਵ ਅਤੇ ਉਹਨਾਂ ਦੀ ਟੀਮ ਨੂੰ ਇਹ ਸਿਰਾਂ ਜਾਂਦਾ ਕਿ ਫਿਲਮ ਵਿੱਚ ਇੱਕ ਵੀ ਅਦਾਕਾਰ ਅਜਾ ਨਹੀਂ ਜਿਹੜਾ ਅਟਪਟਾ ਨਜ਼ਰ ਆਉਂਦਾ ਹੋਵੇ ਫਿਲਮ ਵਿੱਚ ਕੀਪੇ ਦੀ ਭੂਮਿਕਾ ਸੁਰਿੰਦਰ ਸ਼ਰਮਾ ਨੇ ਅਦਾ ਕੀਤੀ ਆ ਉਸ ਦੀ ਅਦਾਕਾਰੀ ਵਿੱਚ ਸਹਿਜਤਾ ਜਿਹੜੀ ਦਰਸ਼ਕ ਤੇ ਮਾਨ ਵਿੱਚ ਉਸ ਦੀ ਪ੍ਰਵਾਨਗੀ ਨੂੰ ਸੰਭਵ ਬਣਾਉਂਦੀ ਆ ਕੁਝ ਇੱਕ ਥਾਵਾਂ ਤੇ ਉਸਦੇ ਚਿਹਰੇ ਤੇ ਹਾਫ ਭਾਵ ਅਹਿਸਾਸਾਂ ਨੂੰ ਪੂਰੀ ਸਮਰੱਥਾ ਨਾਲ ਉਗਾੜਦੇ ਨਜ਼ਰ ਨਹੀਂ ਆਉਂਦੇ ਪਰ ਕਹਾਣੀ ਦੀ ਤਾਕਤ ਦ੍ਰਿਸ਼ਾਂ ਦਾ ਰੰਗ ਰੂਪ ਉਸਦੇ ਕਿਰਦਾਰ ਨੂੰ ਅਸਰਦਾਰਕ ਬਣਾਈ ਰੱਖਦਾ ਹੈ ਕਿਪੇ ਦੀ ਘਰ ਵਾਲੀ ਕਰਮੀ ਦਾ ਕਿਰਦਾਰ ਬਲਜਿੰਦਰ ਕੌਰ ਨੇ ਨਵਾਇਆ ਹੈ ਬਲਜਿੰਦਰ ਦੀ ਅਦਾਕਾਰੀ ਫਿਲਮ ਨੂੰ ਨਿਰਸੰਦੇ ਤਾਕਤ ਦਿੰਦੀ ਹੈ ਮੇਵੀ ਦਾ ਰੋਲ ਵਿਕਰਮਜੀਤ ਸਿੰਘ ਲੱਕੀ ਨੇ ਕੀਤਾ ਉਸ ਦੀ ਅਦਾਕਾਰੀ ਖਾਸ ਤੌਰ ਤੇ ਸਲਾਉਣਯੋਗ ਹੈ ਫਿਲਮ ਵਿੱਚ ਮੇਵੀ ਦੀ ਮਾਸੂਮਤਾ ਨਿਰਛਲਤਾ ਬੇਵਸੀ ਅਤੇ ਦੁਬਦ ਦਾ ਦਰਸ਼ਕ ਨੂੰ ਤਰਲ ਬਣਾਉਂਦੀ ਹੈ ਇੱਕ ਦ੍ਰਿਸ਼ ਵਿੱਚ ਜਦੋਂ ਉਹ ਆਪਣੇ ਵੀਰੇ ਨੂੰ ਮੁੰਡੇ ਦੀ ਆਮਦ ਦੀ ਖਬਰ ਸੁਣਾਉਂਦਾ ਤਾਂ ਉਸਤੇ ਚਿਹਰੇ ਦਾ ক্লোਜ਼ ਸ਼ਾਟ ਮਨ ਪ੍ਰਸੀਜ ਲੈਂਦਾ ਹੈ ਮੇਵੀ ਦੀ ਘਰਵਾਲੀ ਦਾ ਕਿਰਦਾਰ ਰਾਜੀਤ ਢਾਲੀਵਾਲ ਨੇ ਬਖੂਬੀ ਨਿਭਾਇਆ ਹੈ ਸਿਮਰਨ ਦੇ ਕਿਰਦਾਰ ਨਾਲ ਮਹਿਰੀਨ ਕਾਲੀਕੇ ਨੇ ਪੂਰਾ ਇਨਸਾਫ ਕੀਤਾ ਸਰਪੰਚ ਹਾਕਮ ਦਾ ਕਿਰਦਾਰ ਹਰਦੀਪ ਗਿੱਲ ਨੇ ਨਿਭਾਇਆ ਹੈ ਹਰਦੀਪ ਗਿੱਲ ਪੰਜਾਬੀ ਸਿਨੇਮਾ ਦਾ ਬਹੁਤ ਸਸ਼ਕਤ ਅਦਾਕਾਰ ਹੈ ਉਹ ਜਿਸ ਵੀ ਕਿਰਦਾਰ ਨੂੰ ਨਿਭਾਉਂਦਾ ਹੈ ਉਸ ਵਿੱਚ ਜਾਨ ਪਾ ਦਿੰਦਾ ਇਸ ਫਿਲਮ ਵਿੱਚ ਵੀ ਉਸ ਨੇ ਜਿਸ ਤਰੀਕੇ ਸਰਪੰਚ ਦੇ ਕਿਰਦਾਰ ਨੂੰ ਨਿਭਾਇਆ ਹੈ ਉਹ ਇਸ ਫਿਲਮ ਦੀ ਇੱਕ ਪ੍ਰਾਪਤੀ ਬਣ ਜਾਂਦਾ ਹੈ ਸੰਗੀਤਕ ਪੱਖ ਤੋਂ ਫਿਲਮ ਵਿੱਚ ਡਾਕਟਰ ਨਵੇਦਤਾ ਸਿੰਘ ਦੁਆਰਾ ਗਾਈ ਲੋਰੀ ਦਿਲ ਨੂੰ ਧੂਪਾਉਂਦੀ ਹੈ ਫਿਲਮ ਦੇ ਪ੍ਰਭਾਵ ਨੂੰ ਗਹਿਰੋਂਦੀ ਹੈ ਬੇਸ਼ੱਕ ਪਛੋਕੜੀ ਸੰਗੀਤ ਕੁਝ ਹੋਰ ਵਧੀਆ ਹੋ ਸਕਦਾ ਸੀ ਬੇਸ਼ੱਕ cinema ਨੂੰ ਮਨੋਰੰਜਨ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਜੇ ਕੋਈ ਫਿਲਮ ਦਰਸ਼ਕ ਨੂੰ ਆਪਣੇ ਨਾਲ ਬੰਨ ਨਹੀਂ ਸਕਦੀ ਤਾਂ ਉਹ ਆਪਣੇ ਉਦੇਸ਼ ਤੋਂ ਮੋਢੋਂ ਹੀ ਉੱਕ ਜਾਂਦੀ ਹੈ ਲਾਜ਼ਮੀ ਨਹੀਂ ਕਿ ਅਜਿਹਾ ਫਿਲਮ ਦੀ ਕਮਜ਼ੋਰੀ ਕਾਰਨ ਹੀ ਵਾਪਰੇ ਅਜਿਹਾ ਆਮ ਦਰਸ਼ਕ ਦੇ ਵਿਕਸਿਤ ਹੋ ਚੁੱਕੇ ਖਾਸ ਤਰ੍ਹਾਂ ਦੇ ਸਵਾਦ ਦੇ ਨਿਗੂਣੇਪਣ ਕਾਰਨ ਵੀ ਵਾਪਰ ਸਕਦਾ ਪਰ ਕੋਸ਼ਿਸ਼ ਫਿਲਮਕਾਰ ਦੀ ਇਹ ਹੋਣੀ ਚਾਹੀਦੀ ਹੈ ਕਿ ਕੋਈ ਅਜਿਹਾ ਤਰੀਕਾ ਉਹ ਸਿਰਜ ਲਵੇ ਕਿ ਫਿਲਮਕਾਰ ਨੂੰ ਕੋਈ ਸਮਝੌਤਾ ਵੀ ਕਰਨਾ ਨਾ ਪਵੇ ਤੇ ਫਿਲਮ ਦਰਸ਼ਕ ਨੂੰ ਆਪਣੇ ਵੱਲ ਖਿੱਚ ਵੀ ਲਵੇ ਇਸ ਮਾਮਲੇ ਵਿੱਚ ਇਹ ਫਿਲਮ ਇੱਕ ਮਿਸਾਲ ਹੈ ਇਸ ਫਿਲਮ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਦਰਸ਼ਕ ਨੂੰ ਫਿਲਮ ਨਾਲ ਜੋੜਦੀ ਹੈ ਉਹ ਇਸ ਦੀ ਜੀਵਨ ਦੀ ਅਸਲੀਅਤ ਨਾਲ ਨੇੜਤਾ ਵਿੱਚ ਹੈ ਅਸਲ ਜੀਵਨ ਨੂੰ ਸਕਰੀਨ ਤੇ ਪੁਨਰ ਸਿਰਜਣ ਦੀ ਸ਼ਕਤੀ ਵਿੱਚ ਹੈ ਅਤੇ ਲੋਕ ਪੱਖੀ ਹੰਗਾਰੇ ਵਿੱਚ ਇੱਕ ਮੁਲਾਕਾਤ ਵਿੱਚ ਗੁਲਜ਼ਾਰ ਦੀ ਧੀ ਅਤੇ ਪ੍ਰਸਿੱਧ ਫਿਲਮ ਸਾਜ਼ ਮੇਕਨਾ ਗੁਲਜ਼ਾਰ ਤੋਂ ਇਹ ਪੁੱਛਿਆ ਜਾਂਦਾ ਕਿ ਜਦੋਂ ਤੁਸੀਂ ਅਸਲੀ ਘਟਨਾਵਾਂ ਤੇ ਆਧਾਰਿਤ ਕੋਈ ਫਿਲਮ ਬਣਾਉਂਦੇ ਹੋ ਤਾਂ ਉਸ ਨੂੰ ਆਕਰਸ਼ਕ ਬਣਾਉਣ ਲਈ ਕਿੰਨਾ ਕੁਝ ਨਵਾਂ ਵਿੱਚ ਪਾ ਦਿੰਦੇ ਹੋ ਤਾਂ ਉਸ ਦਾ ਜਵਾਬ ਸੀ ਕਿ ਅਸਲ ਵਿੱਚ ਤਾਂ ਸਭ ਤੋਂ ਤਾਕਤਵਰ ਚੀਜ਼ ਫਿਲਮ ਦਾ ਯਥਾਰਥ ਹੀ ਹੁੰਦਾ ਫਿਲਮ ਵਿੱਚ ਪੇਸ਼ ਯਥਾਰਥ ਹੀ ਹੁੰਦਾ ਜੇ ਯਥਾਰਥ ਆਕਰਸ਼ਕ ਨਹੀਂ ਤਾਂ ਫਿਰ ਉਸ ਨੂੰ ਹੋਰ ਕੋਈ ਵੀ ਚੀਜ਼ ਆਕਰਸ਼ਕ ਨਹੀਂ ਬਣਾ ਸਕਦੀ ਹੈਗੀ ਇਸ ਫਿਲਮ ਨੂੰ ਦੇਖਦੇ ਆ ਇਹ ਸਿੱਧ ਹੋ ਜਾਂਦਾ ਕਿ ਫਿਲਮ ਦੀ ਤਾਕਤ ਜੀਵਨ ਨੂੰ ਉਸ ਦੀ ਜਵੰਤ ਰੌਂ ਵਿੱਚ ਪੇਸ਼ ਕਰਨ ਵਿੱਚ ਸਭ ਤੋਂ ਬਿਹਤਰੀ ਹੈ। ਇਸ ਫਿਲਮ ਬਾਰੇ ਅੰਤਮ ਪਰ ਬਹੁਤ ਹੀ ਅਹਿਮ ਗੱਲ ਇਸ ਦੇ ਨਿਰਮਾਣ ਅਤੇ ਵਿਤਰਨ ਬਾਬਤ ਹੈ। ਫਿਲਮਕਾਰ ਅਕਸਰ ਇਹ ਕਹਿੰਦੇ ਨੇ ਕਿ ਕਿਉਂਕਿ ਫਿਲਮ ਬਣਾਉਣ ਤੇ ਬਹੁਤ ਪੈਸਾ ਲੱਗਦਾ ਤੇ ਇਹ ਪੈਸਾ ਕਿਤੇ ਡੁੱਬਣਾ ਜਾਵੇ ਇਸ ਕਾਰਨ ਫਿਲਮ ਨੂੰ ਵੱਧ ਤੋਂ ਵੱਧ ਸਬੇਕ ਦਿੱਤਾ ਦਬਾਉਣਾ ਹੀ ਉਹਨਾਂ ਲਈ ਅਹਿਮ ਹੋ ਜਾਂਦਾ। ਵਪਾਰ ਫਿਲਮ ਰੂਪੀ ਕਲਾ ਦੇ ਕੇਂਦਰ ਵਿੱਚ ਆ ਜਾਂਦਾ ਤੇ ਇਸ ਕਲਾ ਦੀ ਲੁਕਾਈ ਪ੍ਰਤੀ ਜ਼ਿੰਮੇਵਾਰੀ ਦੂਰ ਕਿਦਨੇ ਪਛਾਂਖ ਖਿਸਕ ਜਾਂਦੀ ਹੈ ਸਵਾਲ ਇਹ ਬਣਦਾ ਕਿ ਕੀ ਸੱਚਮੁੱਚ ਫਿਲਮ ਬਹੁਤ ਮਹਿੰਗੀ ਬਣਦੀ ਹੈ ਕਰੋੜਾਂ ਵਿੱਚ ਕਿ ਇਸ ਨੂੰ ਲੱਖਾਂ ਵਿੱਚ ਨਹੀਂ ਬਣਾਇਆ ਜਾ ਸਕਦਾ ਫਿਲਮ ਚਮ ਇੱਕ ਮਿਸਾਲ ਹੈ ਕਿ ਫਿਲਮ ਨੂੰ ਲੱਖਾਂ ਵਿੱਚ ਵੀ ਬਣਾਇਆ ਜਾ ਸਕਦਾ ਤੇ ਫਿਲਮ ਉੱਪਰੋਂ ਵੱਡੀ ਲਾਗਤ ਅਤੇ ਵੱਡੀ ਕਮਾਈ ਦਾ ਬੋਝ ਹਟਾਇਆ ਜਾ ਸਕਦਾ ਇਹ ਫਿਲਮ ਕੁਝ ਦੋਸਤਾਂ ਦੀ ਸਾਂਝੀ ਜ਼ਿੰਮੇਵਾਰੀ ਦੇ ਅਹਿਸਾਸ ਚੋਂ ਨਿਕਲੇ ਸਾਂਝੇ ਪੈਸੇ ਨਾਲ ਬਣੀ ਹੈ ਇਸ ਵਿੱਚ ਲਾਭ ਅਤੇ ਹਾਨੀ ਦੀਆਂ ਸਮੀਕਰਨਾਂ ਨਾਲੋਂ ਜ਼ਿਆਦਾ ਲੋਕ ਪੱਖੀ ਕਥਾ ਨੂੰ ਸਿਨੇਮੇ ਰਾਹੀਂ ਸਕਾਰ ਕਰਨ ਦਾ ਜਜ਼ਬਾ ਨਹਿਤ। ਮੈਨੂੰ ਯਕੀਨ ਆ ਕਿ ਫਿਲਮ ਤੇ ਜਿੰਨਾ ਨਿਵੇਸ਼ ਹੋਇਆ ਹੋਵੇਗਾ ਘੱਟੋ-ਘੱਟ ਉਹਨੇ ਪੈਸੇ ਤਾਂ ਜ਼ਰੂਰ ਹੀ ਵਾਪਸ ਮੋੜ ਆਏ ਹੋਣਗੇ। ਜਿਹੜਾ ਇਸ ਫਿਲਮ ਕਾਰਜੀਵ ਹੋਰਾਂ ਦੀ ਸਾਰੀ ਟੀਮ ਨੂੰ ਪੰਜਾਬੀਆਂ ਨੇ ਪਿਆਰ ਅਤੇ ਸਤਿਕਾਰ ਦਿੱਤਾ ਜਾਂ ਜਿਹੜਾ ਹਲੇ ਦੇਣਾ ਹੈ ਉਹ ਕਿਹੜਾ ਕਿਸੇ ਵਿੱਤੀ ਲਾਭ ਤੋਂ ਘੱਟ ਗੱਲ ਹੈ। ਉਹ ਇਹ ਵੀ ਸੱਚ ਹੈ ਕਿ ਕਿਤੇ ਕਿਤੇ ਇਹੋ ਨਜ਼ਰ ਆਉਂਦਾ ਰਿਹਾ ਕਿ ਜੇ ਇਸ ਫਿਲਮ ਦੇ ਨਿਰਮਾਣ ਵਿੱਚ ਵੱਧ ਨਿਵੇਸ਼ ਹੋਇਆ ਹੁੰਦਾ ਤਾਂ ਸ਼ਾਇਦ ਤਕਨੀਕੀ ਪੱਖ ਅਤੇ ਵਿਸ਼ੇ ਦੇ ਅਨੁਭਵ ਵਿੱਚ ਹੋਰ ਵੀ ਚੰਗਾ ਕੰਮ ਹੋ ਸਕਦਾ ਸੀ ਪਰ ਜਿਸ ਲਾਗਤ ਨਾਲ ਇਹ ਫਿਲਮ ਬਣੀ ਆ ਉਸ ਵਿੱਚ ਇਹ ਬਿਹਤਰੀਨ ਕੰਮ ਕਿਹਾ ਜਾ ਸਕਦਾ ਹੁਣ ਫਿਲਮ ਦੇ ਵਿਤਰਨ ਦੀ ਗੱਲ ਕਰਦੇ ਹਾਂ ਇਸ ਨਾਲ ਹੀ ਇਹ ਵੀ ਇੱਕ ਸਵਾਲ ਹੁੰਦਾ ਕਿ ਇਹ ਫਿਲਮ ਕਿਸ ਦਰਸ਼ਕ ਲਈ ਬਣਾਈ ਗਈ ਆ ਤੇ ਕਿਸ ਕਿਸਮ ਦੇ ਦਰਸ਼ਕ ਨਾਲ ਇਹ ਸੰਵਾਦ ਕਰਨਾ ਚਾਹੁੰਦੀ ਹੈ ਜੇ ਤਾਂ ਇਹ ਸੋਚਿਆ ਜਾਵੇ ਕਿ ਫਿਲਮ 200 ਤੋਂ 300 ਦੀ ਟਿਕਟ ਲੈ ਕੇ ਫਿਲਮ ਦੇਖਣ ਵਾਲੇ ਦਰਸ਼ਕ ਲਈ ਆ ਤਾਂ ਉਸ ਲਈ ਵਿਤਰਣ ਦਾ ਪਰੰਪਰਾਗਤ ਤਰੀਕਾ ਤਾਂ ਹੈ ਹੀ ਆ ਪਰ ਜੇ ਇਹ ਫਿਲਮ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਆ ਜਿਹੜੇ ਇਸ ਦੇ ਪਾਤਰ ਹਨ ਤਾਂ ਇਸ ਦੇ ਵਿਤਰਣ ਦੀ ਵੱਖਰੀ ਵਿਧੀ ਅਪਣਾਉਣੀ ਪੈਣੀ ਸੀ ਇਸ ਫਿਲਮ ਦੀ ਟੀਮ ਇਹ ਫੈਸਲਾ ਕਰਦੀ ਆ ਕਿ ਅਸੀਂ ਇਹ ਫਿਲਮ ਉਹਨਾਂ ਲੋਕਾਂ ਨੂੰ ਲਾਜ਼ਮੀ ਦਿਖਾਉਣੀ ਹੈ ਜਿਨ੍ਹਾਂ ਦੀ ਇੱਕ ਕਹਾਣੀ ਹੈ ਤਾਂ ਜੋ ਉਹਨਾਂ ਦੇ ਜੀਵਨ ਵਿੱਚ ਕੁਝ ਪਰਿਵਰਤਨ ਆ ਸਕੇ ਫਿਲਮ ਦੀ ਟੀਮ ਦਾ ਇਹ ਫੈਸਲਾ ਆਪਣੇ ਆਪ ਵਿੱਚ ਲੀਪਾੜੂ ਕਦਮ ਸੀ ਸਪਸ਼ਟ ਹੈ ਕਿ ਅਜਿਹੇ ਲੋਕਾਂ ਵਿੱਚ ਸੈਂਮੇਆ ਤੱਕ ਪਹੁੰਚਣ ਦੀ ਸਮਰੱਥਾ ਕਿੱਥੋਂ ਹੋਣੀ ਸੀ ਫਿਲਮਕਾਰ ਫਿਲਮ ਨੂੰ ਲੋਕਾਂ ਤੱਕ ਆਪ ਲੈ ਜਾਂਦਾ ਅਤੇ ਇਹ ਫਿਲਮ ਇੱਕ ਅੰਦਾਜ਼ੇ ਅਨੁਸਾਰ 250 ਤੋਂ ਬਥੇਰੇ ਪਿੰਡਾਂ ਵਿੱਚ ਪ੍ਰੋਜੈਕਟਰ ਜਰੀਏ ਦਿਖਾਈ ਜਾਂਦੀ ਹੈ ਫਿਲਮ ਅਤੇ ਲੋਕਾਈ ਦਾ ਪਹਿਲੀ ਵਾਰ ਇਨਾ ਗੂੜਾ ਅਤੇ ਤਬਦੀਲੀ ਮੁਲਕ ਰਿਸ਼ਤਾ ਬਣਦਾ ਫਿਲਮ ਦੇਖੀ ਦਿਖਾਈ ਹੀ ਨਹੀਂ ਜਾਂਦੀ ਉਸ ਤੇ ਚਰਚਾਵਾ ਦਾ ਦੌਰ ਵੀ ਚੱਲਦਾ ਇਸ ਨਾਲ ਫਿਲਮ ਭੋਗਣ ਤੋਂ ਫਿਲਮ ਨੂੰ ਮਹਿਸੂਸਣ ਅਤੇ ਮਹਿਸੂਸਣ ਤੋਂ ਸੋਚਣ ਅਤੇ ਸੋਚਣ ਤੋਂ ਅਮਲ ਵਿੱਚ ਤਬਦੀਲੀ ਲਿਆਉਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ ਇਸ ਤਰ੍ਹਾਂ ਕਰਨਾ ਇਸੇ ਫਿਲਮ ਦੇ ਹਿੱਸੇ ਆ ਭੇਖ ਵਿੱਚ ਅਜਾਹ ਬਾਰ ਬਾਰ ਵਾਪਰੇ ਇਸ ਦੀ ਤਾਂ ਜ਼ਰੂਰ ਬਹੁਤ ਹੈ ਇਹਨਾਂ ਸ਼ਬਦਾਂ ਨਾਲ ਰਜੀਵ ਅਤੇ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਧੰਨਵਾਦ ਅਤੇ ਸ਼ੁਭ ਕਾਮਨਾਵਾਂ ਪੰਜਾਬੀਆਂ ਤੋਂ ਇਹ ਆਸ ਕਿ ਉਹ ਇਸ ਫਿਲਮ ਨੂੰ ਜ਼ਰੂਰ ਦੇਖਣਗੇ ਇਸ ਬਾਰੇ ਗੱਲ ਅੱਗੇ ਤੋਰਨਗੇ ਨਹੀਂ ਤਾਂ ਇਹ ਮੀਣਾ ਤਾਂ ਮੱਥੇ ਹੈ ਹੀ ਹੈ ਕਿ ਪੰਜਾਬੀ ਚੰਗੀਆਂ ਫਿਲਮਾਂ ਅਤੇ ਚੰਗੇ ਗੀਤਾਂ ਨੂੰ ਭਰਪੂਰ ਹੰਗਾਰਾ ਨਹੀਂ ਦਿੰਦੇ ਅੰਤ ਵਿੱਚ ਤੁਹਾਡੇ ਨਾਲ ਫਿਲਮ ਦਾ ਇੱਕ ਦ੍ਰਿਸ਼ ਸਾਂਝਾ ਕਰਦੇ ਹਾਂ ਸ਼ੁਕਰੀਆ ਤੂੰ ਡੰਗੜਾਂ ਦੀ ਡਾਕਟਰ ਹੈ ਤੇ ਡੰਗੜਾਂ ਦਾ ਫਿਕਰ ਕਰਿਆ ਕਰ ਬੰਦਿਆਂ ਦਾ ਫਿਕਰ ਕਰਨ ਲਈ ਅਸੀਂ ਹੈਗੇ ਹਾਂ ਸਰਪੰਚ ਸਾਹਿਬ ਮੈਨੂੰ ਮੇਰਾ ਕੰਮ ਸਮਝਾਉਣ ਦੀ ਲੋੜ ਨਹੀਂ ਜੇ ਮੈਂ ਪੜ੍ਹਾਈ ਕੀਤੀ ਹੈ ਤਾਂ ਮੈਂ ਡਾਕਟਰ ਲੱਗੂ ਇਹ ਨੌਕਰੀ ਮੈਨੂੰ ਸਰਕਾਰ ਨੇ ਦਿੱਤੀ ਤੇ ਇਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਮੇਰਾ ਫਰਜ਼ ਅੱਛਾ ਅੱਜਕੱਲ ਤੂੰ ਇਹ ਫਰਜ਼ ਕੋਈ ਜ਼ਿਆਦਾ ਨਹੀਂ ਨਿਭਾਉਣ ਲੱਗ ਪਈ ਤੇ ਪੰਗਾ ਵੀ ਮੇਰੇ ਨਾਲ ਪਾ ਲਿਆ ਸਰਪੰਚ ਹਾਕਮ ਨਾਲ ਤੈਨੂੰ ਪਤਾ ਮੇਰੇ ਹੱਥ ਕਿੰਨੇ ਲੰਬੇ ਨੇ ਸਰਪੰਚ ਸਾਹਿਬ ਮੈਂ ਕਿਸੇ ਦੇ ਹੱਥਾਂ ਹੁੱਥਾਂ ਤੋਂ ਨਹੀਂ ਡਰਦੀ ਜੇ ਡਰਦੀ ਹੁੰਦੀ ਤਾਂ ਪਿੰਡ ਜਾ ਕੇ ਨੌਕਰੀ ਨਾ ਕਰਦੀ ਤੇ ਇੱਕ ਗੱਲ ਹੋਰ ਇਹਨਾਂ ਲੋਕਾਂ ਦੇ ਹੱਥਾਂ 'ਚ ਕਿੰਨੀ ਤਾਕਤ ਹੈ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਤੈਨੂੰ ਤੇਨੂੰ ਮੇਰੀ ਤਾਕਤ ਦਾ ਅਹਿਸਾਸ ਨਹੀਂ ਹੈ ਤੂੰ ਕੀੜਿਆਂ ਦੇ ਪੌਣ ਤੇ ਬਹਿਣ ਜਾ ਰਹੀ ਐ ਤੇ ਤੁਸੀਂ ਵੀ ਪ੍ਰਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਹੱਥ ਹੋਈ ਤੇਰੇ ਵਾਲੀ ਮੈਂ ਜਨਾਨੀ ਹੋਣ ਕਰਕੇ ਲਿਹਾਜ਼ ਕਰੀ ਜਾਣਾ ਵੀ ਕਾ ਤੋ ਕਾ ਤੋ ਤੂੰ ਸਗੋਂ ਵਾਤੇ ਜਾਨੀ ਐ ਹੈ ਕੋਈ ਗੱਲ ਨਹੀਂ ਦੇਖ ਲਵਾਂਗਾ ਤੈਨੂੰ ਮੈਂ ਹੁਣ ਮੈਂ ਤੈਨੂੰ ਪੱਕੇ ਤਰੀਕ ਤੱਕਰੂੰ ਸਰਪੰਚ ਸਾਹਿਬ ਇਹ ਪੈਰ ਉਖੜ ਵੀ ਜਾਂਦੇ ਨੇ ਚੱਲਾ ਮੁੰਡਿਓ ਮੈਨੂੰ ਇਹ ਦਿਮਾਗ ਉਖੜੀ ਹੋਈ ਲੱਗਦੀ ਐ ਲਿਆਓ ਪ੍ਰਗਟ ਦਾਗਣੀ ਇਹਦੇ ਵੀ ਸਿੰਘ ਲੱਗਦਾ ਦਾਗਣੇ ਹੀ ਪਹਿਣੇ ਆ